ਸੱਚੀ ਦੱਸਾਂ ਮੈਨੂੰ ਹਜੇ ਤੱਕ ਨਹੀਂ ਵਿਸ਼ਵਾਸ ਹੋ ਰਿਹਾ ਕਿ ਅਸੀਂ ਇੱਦਾਂ ਦੀ ਫਿਲਮ ਦਾ ਹਿੱਸਾ ਹਾਂ। ਜੋ ਬੀਬੀ ਰਜਨੀ ਜੋ ਰੀਅਲ ਦੇ ਵਿੱਚ ਸੀਗੀ ਉਹ ਤਾਂ ਮਤਲਬ ਆਈ ਥਿੰਕ ਮੇਰੇ ਲਈ ਇੰਪੋਸੀਬਲ ਆ, ਉਹ ਤਾਂ ਮੈਂ ਨੇੜੇ ਤੇੜੇ ਵੀ ਨਹੀਂ ਉਸ ਚੀਜ਼ ਦੇ ਕਰ ਸਕਦੀ। ਅੱਜ ਕੱਲ੍ਹ ਸ਼ਾਇਦ ਅਸੀਂ ਮਾਪਿਆਂ ਦੀ ਸਹੀ ਗੱਲ ਨਹੀਂ ਮੰਨਦੇ। ਜੋ ਮੈਂ ਆਪਣੇ ਆਲੇ ਦੁਆਲੇ ਦੇਖਿਆ ਆ ਜਾਂ ਜੋ ਮੈਂ ਜਿੱਦਾਂ ਲਾਈਕ ਮੈਂ ਆਪਣੇ ਪੇਰੈਂਟਸ ਨਾਲ ਆਇਆ, ਆਈ ਡੋਂਟ ਥਿੰਕ ਇੰਨਾ ਫਰਕ ਹੋਊਗਾ, ਕਿਉਂਕਿ ਅਫਕੋਰਸ ਉਹ ਟਾਈਮ ਹੋਰ ਸੀਗਾ। ਕੋੜੀ ਪਤੀ ਦੇ ਨਾਲ ਰਹਿਣਾ ਜਾਂ ਫਿਰ ਉਹਨੂੰ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਲੈ ਕੇ ਜਾਣਾ, ਤੁਹਾਡੇ ਲਈ ਉਹਨਾਂ ਚੀਜ਼ਾਂ ਨੂੰ ਕੈਰੀ ਕਰਨਾ ਕਿਵੇਂ ਦਾ ਸੀਗਾ? ਮੈਨੂੰ ਕਦੇ ਕਦੇ ਜਦੋਂ ਮੈਂ ਮਾੜਾ ਜਿਹਾ ਵੀ ਮੈਨੂੰ ਫੀਲ ਹੋਣਾ ਕਿ ਹਾਰਡ ਆਇਆ ਔਖਾ ਲੱਗ ਰਿਹਾ, ਮੈਂ ਰਾਈਟ ਵੇ ਸੋਚਦੀ ਸੀ ਕਿ ਜੋ ਉਦੋਂ ਹੋਇਆ ਸੀਗਾ ਬੀਬੀ ਰਜਨੀ ਜੀ ਦੇ ਨਾਲ, ਉਹਦੇ ਨਾਲ ਤਾਂ ਉਹਦੇ ਬਰਾਬਰ ਤਾਂ ਕੁਛ ਨਹੀਂ ਹੈਗਾ। ਮੈਨੂੰ ਤਾਂ ਹਜੇ ਵੀ ਫੀਲ ਹੋ ਰਿਹਾ ਕਿ ਮਤਲਬ ਕੋਈ ਗਲਤੀ ਨਾ ਹੋ ਗਈ ਹੋਵੇ, ਕਿਉਂਕਿ ਉਹ ਨੋਰਮਲ ਆ ਫੀਲ ਕਰਨਾ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਵਿੰਦਰ ਕੌਰ। ਰਾਜਾ ਰਾਏ ਦੁਨੀ ਚੰਦ ਜੋ ਪੱਟੀ ਦਾ ਰਾਜਾ ਸੀ, ਜਿਸ ਦੀਆਂ 7 ਧੀਆਂ ਸੀ, ਬੀਬੀ ਰਜਨੀ ਸਭ ਤੋਂ ਛੋਟੇ ਸੀ, ਜਿਨ੍ਹਾਂ ਦਾ ਪਰਮਾਤਮਾ ਦੇ ਵਿੱਚ ਅਥਾਹ ਵਿਸ਼ਵਾਸ ਅਤੇ ਭਰੋਸਾ ਸੀ। 30 ਅਗਸਤ ਨੂੰ ਬੀਬੀ ਰਜਨੀ ਦੀ ਕਹਾਣੀ ਸਿਨੇਮਾ ਦੇ ਰਾਹੀਂ ਸਾਡੇ ਸਭ ਦੇ ਕੋਲ ਪਹੁੰਚਣ ਵਾਲੀ ਹੈ। ਸੋ ਇਸ ਕਿਰਦਾਰ ਨੂੰ ਸਾਦਗੀ ਭਰਪੂਰ ਇੱਕ ਅਦਾਕਾਰਾ ਰੂਪੀ ਗਿੱਲ ਉਹਨਾਂ ਦੇ ਦੁਆਰਾ ਨਿਭਾਇਆ ਗਿਆ ਹੈ। ਰੂਪੀ ਗਿੱਲ ਜਿਨ੍ਹਾਂ ਦੀ ਸਾਦਗੀ ਨੂੰ ਖਾਸ ਕਰ ਉਹਨਾਂ ਦੀ ਇੱਕ ਜਿਹੜੀ ਜੈਨੂਅਨ ਆਡੀਅੰਸ ਹੈ ਉਹ ਬੇਹੱਦ ਪਿਆਰ ਕਰਦੀ ਹੈ। ਸੋ ਆਪਾਂ ਗੱਲਬਾਤ ਕਰ ਲੈਂਦੇ ਹਾਂ ਕਿ ਬੀਬੀ ਰਜਨੀ ਦਾ ਕਿਰਦਾਰ ਨਿਭਾਉਂਦਿਆਂ ਉਹਨਾਂ ਨੇ ਆਪਣੇ ਅੰਦਰ ਕਿਸ ਕਿਸਮ ਦੇ ਬਦਲਾਵਾਂ ਨੂੰ ਮਹਿਸੂਸ ਕੀਤਾ? ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ ਜੀ, ਸਤਿ ਸ਼੍ਰੀ ਅਕਾਲ ਜੀ। ਪਹਿਲੇ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਇਹ ਚੀਜ਼ ਸ਼ਾਇਦ ਹਰ ਕਿਸੇ ਦੇ ਹਿੱਸੇ ਨਹੀਂ ਆ ਸਕਦੀ ਸੀ ਜੀ। ਥੈਂਕ ਯੂ ਸੋ ਮਚ ਜੀ, ਥੈਂਕ ਯੂ। ਬੀਬੀ ਰਜਨੀ ਦਾ ਜਦੋਂ ਤੁਸੀਂ ਪਹਿਰਾਵਾ ਪਾਉਂਦੇ ਸੀ ਜਾਂ ਉਹ ਇੱਕ ਸੈੱਟ ਕ੍ਰੀਏਟ ਕੀਤਾ ਗਿਆ ਸੀ ਜਿਹੜਾ ਸਾਨੂੰ ਪਹਿਲੇ ਸਮੇਂ ਦੀ ਯਾਦ ਦਿਵਾਉਂਦਾ ਜੀ, ਤੁਹਾਡਾ ਉੱਥੇ ਪਹੁੰਚਣਾ, ਉੱਥੇ ਕਿਸ ਤਰ੍ਹਾਂ ਦੇ ਅਹਿਸਾਸ ਹੁੰਦੇ ਸੀ ਜਦੋਂ ਤੁਹਾਡੇ ਵੱਲੋਂ ਸਿਰਫ ਪੋਜ਼ਿਟਿਵ ਸ਼ਬਦ ਬੋਲੇ ਜਾਂਦੇ ਸੀ ਜੀ? ਆਈ ਥਿੰਕ ਓਵਰਆਲ ਜਦੋਂ ਸ਼ੁਰੂਆਤ ਤੋਂ ਲੈ ਕੇ ਜਦੋਂ ਮੈਂ ਕਹਾਣੀ ਮਤਲਬ ਨਰੇਟ ਵੀ ਕੀਤੀ, ਜੋ ਇਸ ਫਿਲਮ ਦੀ ਕਹਾਣੀ ਹੈ, ਵੈਸੇ ਤਾਂ ਅਸੀਂ ਸਾਰਿਆਂ ਨੇ ਕਹਾਣੀ ਸੁਣੀ ਹੋਈ ਆ, ਉੱਥੋਂ ਤੋਂ ਲੈ ਕੇ ਮਤਲਬ ਫਿਲਮ ਦੇ ਡਬਿੰਗ ਤੱਕ, ਮੈਨੂੰ ਲੱਗਦਾ ਆਈ ਥਿੰਕ ਸਾਰੀ ਸਾਡੀ ਸਾਰੀ ਕਾਸਟ ਦੇ ਵਿੱਚ ਇੱਕ ਪੋਜ਼ਿਟਿਵ ਐਨਰਜੀ ਸੀਗੀ, ਅਤੇ ਕਾਸਟ ਡਾਇਰੈਕਟਰ ਬਿਹਾਈਂਡ ਦਾ ਸੀਨਸ ਜਿਨ੍ਹਾਂ ਨੇ ਵੀ ਕੰਮ ਕੀਤਾ ਆ ਉਹਨਾਂ ਨੂੰ, ਆਈ ਥਿੰਕ ਉਹਨਾਂ ਨੂੰ ਸਾਰਿਆਂ ਨੂੰ ਇੱਕ ਮਤਲਬ ਇੱਕ ਅਸੀਂ ਸਾਰੇ ਹੌਸਲੇ ਨਾਲ ਇੱਕ ਕੰਮ ਕੀਤਾ, ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ। ਆਈ ਥਿੰਕ ਡਬਿੰਗ ਤੱਕ ਅਸੀਂ ਜਦੋਂ ਫਿਲਮ ਦੇਖ ਵੀ ਰਹੇ ਸੀ, ਡਬਿੰਗ ਕਰ ਵੀ ਰਹੇ ਸੀ, ਇੱਕ ਹੁੰਦੀ ਹੈ ਨਾ ਐਨਰਜੀ, ਇੱਕ ਜੋ ਅਨਸੈਡ ਹੁੰਦੀ ਆ ਅਸੀਂ ਮਤਲਬ ਸਾਨੂੰ ਸਾਰਿਆਂ ਨੂੰ ਮਹਿਸੂਸ ਹੋ ਰਹੀ ਆ, ਅਤੇ ਸਾਨੂੰ ਸਾਰਿਆਂ ਨੂੰ ਇਹ ਮਤਲਬ ਬਹੁਤ ਵਧੀਆ ਲੱਗਿਆ। ਸਾਡੀ ਸਾਰੀ ਸਾਰਿਆਂ ਦੀ ਪ੍ਰੋਸੈਸ ਹੀ ਬਹੁਤ ਅਲੱਗ ਸੀਗੀ, ਅਤੇ ਮਤਲਬ ਅਮਰ ਦੀ ਅਲੱਗ, ਜਸਰ ਦੀ ਅਲੱਗ, ਅਤੇ ਬਟ ਬਹੁਤ ਵਧੀਆ ਸੀਗੀ ਜੀ। ਬੀਬੀ ਰਜਨੀ ਦੇ ਕਿਰਦਾਰ ਦੇ ਵਿੱਚ ਆਉਣਾ, ਖਾਸ ਕਰ ਜਦੋਂ ਕੋੜੀ ਦੇ ਨਾਲ ਵਿਆਹ ਹੁੰਦਾ ਤਾਂ ਉਹ ਸੀਨ ਦਾ ਇੱਕ ਅਲੱਗ ਹੀ ਫੀਲ ਹੋਊਗਾ, ਕਿਉਂਕਿ ਜਿਹੜਾ ਇਨਸਾਨ ਉੱਥੇ ਖੜਾ ਇਸ ਚੀਜ਼ ਨੂੰ ਵੇਖ ਰਿਹਾ ਹੋਊਗਾ, ਕਿਤੇ ਨਾ ਕਿਤੇ ਤਾਂ ਉਹ ਵਾਪਸ ਕਹਾਣੀ ਦੇ ਵੱਲ ਵੀ ਜਾਂਦਾ ਹੈ ਕਿ ਵਾਕਿਆ ਹੀ ਇੱਦਾਂ ਚੀਜ਼ਾਂ ਵਾਪਰੀਆਂ ਸੀਗੀਆਂ। ਹਾਂਜੀ, ਤੁਸੀਂ ਤਾਂ ਉਹਨੂੰ ਨਿਭਾ ਰਹੇ ਸੀਗੇ, ਤੁਸੀਂ ਇੱਕ ਕੁੜੀ ਹੋਣ ਦੇ ਨਾਤੇ ਕੀ ਮਹਿਸੂਸ ਕਰ ਰਹੇ ਸੀ, ਕਿਉਂਕਿ ਵਿਆਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਹੁੰਦਾ ਹੈ ਜੀ? ਜੀ ਜੀ, ਆਈ ਥਿੰਕ ਜਦੋਂ ਮੈਂ ਮਤਲਬ ਜਦੋਂ ਅਸੀਂ ਉਹ ਸੀਨ ਕਰ ਵੀ ਰਹੇ ਸੀਗੇ, ਉਹ ਸੀਨ ਕਾਫੀ 2-3 ਦਿਨ ਦਾ ਪ੍ਰੋਸੈਸ ਸੀਗਾ, ਕਿਉਂਕਿ ਉਹ ਕਾਫੀ ਵੱਡਾ ਸੀਨ ਸੀ, ਅਤੇ ਉਦੋਂ ਜਦੋਂ ਮਤਲਬ ਕੈਰੈਕਟਰ ਦੇ ਵਿੱਚ, ਚਲੋ ਜੋ ਬੀਬੀ ਰਜਨੀ ਜੋ ਰੀਅਲ ਦੇ ਵਿੱਚ ਸੀਗੀ ਉਹ ਤਾਂ ਮਤਲਬ ਆਈ ਥਿੰਕ ਮੇਰੇ ਲਈ ਇੰਪੋਸੀਬਲ ਆ, ਉਹ ਤਾਂ ਮੈਂ ਨੇੜੇ ਤੇੜੇ ਵੀ ਨਹੀਂ ਉਸ ਚੀਜ਼ ਦੇ ਕਰ ਸਕਦੀ ਜੋ ਉਹਨਾਂ ਦੇ ਮਤਲਬ ਰੀਅਲ ਲਾਈਫ 'ਚ ਹੰਢਾਇਆ। ਬਟ ਜਦੋਂ ਅਸੀਂ ਕਰ ਵੀ ਰਹੇ ਸੀ, ਮੈਨੂੰ ਯਾਦ ਆ ਮਤਲਬ ਇੱਕ ਹੁੰਦਾ ਨਾ
ਡਿਸਬਿਲੀਫ, ਤੁਹਾਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਇਹ ਹੋਇਆ, ਐਕਚੁਅਲੀ ਹੋਇਆ. ਸੋ ਐਕਟਿੰਗ ਕਰਨਾ ਤਾਂ ਮਤਲਬ ਆਈ ਥਿੰਕ ਈਜ਼ੀਅਰ ਸੀਗਾ, ਬਟ ਮੈਨੂੰ ਇਹੀ ਮਤਲਬ ਬੈਕ ਆਫ ਮਾਇੰਡ ਮੇਰੇ ਇਹੀ ਚੱਲੀ ਜਾਂਦਾ ਸੀ, ਮੈਨੂੰ ਯਾਦ ਆ ਸਾਰੇ ਪ੍ਰੋਸੈਸ ਦੇ ਵਿੱਚ ਕਿ ਉਹਨਾਂ 'ਤੇ ਕੀ ਬੀਤੀ ਹੋਊਗੀ, ਉਹਨਾਂ ਦੇ ਵਿੱਚ ਇੱਕ ਵਿਸ਼ਵਾਸ ਕਿੰਨਾ ਵੱਡੀ ਚੀਜ਼ ਹੋਊਗੀ ਉਹਨਾਂ ਦੇ ਅੰਦਰ, ਜੋ ਉਹਨਾਂ ਨੇ ਮਤਲਬ ਇਹ ਚੀਜ਼ ਨੂੰ ਮਤਲਬ ਅੱਖਾਂ ਬੰਦ ਕਰਕੇ ਉਹਨਾਂ ਨੇ ਮਤਲਬ ਯੂਨੋ ਆਪਣੀ ਪਿਤਾ ਜੀ ਦੀ ਮਤਲਬ ਜੋ ਵੀ ਉਹਨਾਂ ਨੇ ਕਿਹਾ ਉਹਨਾਂ ਨੇ ਮੰਨ ਲਿਆ. ਅਤੇ ਸੋ ਮਤਲਬ ਮੇਰੇ ਮੈਨੂੰ ਯਾਦ ਆ ਮੇਰੇ ਸਾਰਾ ਟਾਈਮ ਇਹੀ ਪ੍ਰੋਸੈਸ ਮਤਲਬ ਚੱਲ ਰਿਹਾ ਸੀ ਕਿ ਕਿੱਡੀ ਮਤਲਬ ਡਿਸਬਿਲੀਫ ਸੀਗਾ ਕਿ ਕਿੱਦਾਂ ਕੋਈ ਇੱਦਾਂ ਮਤਲਬ ਕਰ ਸਕਦਾ ਆ. ਮੈਨੂੰ ਯਾਦ ਹੈ ਕਿ ਮੇਰੀ ਦਾਦੀ ਨੇ ਮੈਨੂੰ ਬੀਬੀ ਰਜਨੀ ਦੀ ਕਹਾਣੀ ਸੁਣਾਈ ਸੀਗੀ. ਸੋ ਮੇਰੇ ਹਾਲੇ ਤੱਕ ਮਾਇੰਡ ਦੇ ਵਿੱਚ ਹੈ, ਪਰ ਜਦੋਂ ਮੈਂ ਇਸ ਫਿਲਮ ਬਾਰੇ ਸੁਣਿਆ ਤਾਂ ਮੈਂ ਦੁਬਾਰਾ ਰਿਸਰਚ ਕੀਤੀ. ਸ਼ਾਇਦ ਮੈਨੂੰ ਇਹ ਵੀ ਪੋਸੀਬਲ ਲੱਗਿਆ ਕਿ ਮੈਂ ਕਿਤਾਬ ਖਰੀਦ ਕੇ ਜ਼ਰੂਰ ਪੜ੍ਹਾਂ. ਅੱਜ ਦੇ ਸਮੇਂ 'ਚ ਬੜੀ ਲੋੜ ਹੈ ਸਾਨੂੰ ਪੇਸ਼ੈਂਸ ਰੱਖਣ ਦੀ, ਸਬਰ ਦੀ, ਭਰੋਸਾ ਕਰਨ ਦੀ. ਸੋ ਬੀਬੀ ਰਜਨੀ ਦੀ ਕਹਾਣੀ ਤੁਸੀਂ ਪਹਿਲਾਂ ਕਦੋਂ ਸੁਣੀ ਸੀ? ਮੈਂ ਪਹਿਲਾਂ ਸੁਣੀ ਸੀ ਛੋਟੇ ਹੁੰਦੇ, ਕਿਉਂਕਿ ਸਾਡੇ ਘਰੇ ਨਾ ਉਦੋਂ ਇਹਨਾਂ ਇਹ ਪਹਿਲਾਂ ਵੀ ਫਿਲਮ ਬਣੀ ਹੋਈ ਆ ਕਾਫੀ ਪੁਰਾਣੀ, ਤੇ ਮੈਨੂੰ ਐਨ ਯਾਦ ਹੈ ਉਦੋਂ ਸਾਡੇ ਟੀਵੀ ਤੇ ਆ ਰਹੀ ਸੀ ਉਹ ਫਿਲਮ. ਮੈਨੂੰ ਲੱਗਦਾ ਮੈਂ ਦੁੱਖ ਪੰਜਨ ਤੇਰਾ, ਹਾਂਜੀ 8-8 ਸਾਲਾਂ ਦੀ ਸੀ ਮੈਨੂੰ ਲੱਗਦਾ ਮੈਂ, ਤੇ ਉਦੋਂ ਮੇਰੀ ਮੰਮਾ ਨੇ ਸਾਨੂੰ ਸੁਣਾਈ ਸੀ ਮੇਰੇ ਤੇ ਮੇਰੇ ਭਰਾ ਨੂੰ. ਤੇ ਹੁਣ ਜਦੋਂ ਅਸੀਂ ਇਹ ਫਿਲਮ ਸ਼ੂਟ ਕਰਨ ਲੱਗੇ ਸੀ, ਮੈਂ ਉਹ ਫਿਰ ਇੱਕ ਵਾਰੀ ਫਿਰ, ਕਿਉਂਕਿ ਉਹ ਯੂਟਿਊਬ 'ਤੇ ਹੈਗੀ, ਮੈਂ ਦੁਬਾਰਾ ਦੇਖੀ. ਸੋ ਯਾ ਮੈਂ ਉਦੋਂ ਸੁਣੀ, ਮੈਨੂੰ ਲੱਗਦਾ 7-8 ਸਾਲਾਂ ਦੀ ਉਮਰ 'ਚ. ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਖੁਸ਼ਕਿਸਮਤ ਮੰਨਦੇ ਹੋ ਕਿ ਤੁਸੀਂ ਇੱਕ ਅਜਿਹੀ ਫਿਲਮ ਦਾ ਹਿੱਸਾ ਹੋ ਜਿਹੜੀ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੈਠ ਕੇ ਦੇਖੀ ਜਾਵੇਗੀ. ਜਿਨ੍ਹਾਂ ਲੋਕਾਂ ਨੂੰ ਬੀਬੀ ਰਜਨੀ ਬਾਰੇ ਨਹੀਂ ਪਤਾ, ਉਹ ਬੀਬੀ ਰਜਨੀ ਨੂੰ ਸਰਚ ਕਰਨਗੇ. ਜੀ ਖੁਸ਼ਕਿਸਮਤ ਤਾਂ ਬਹੁਤ ਆ, ਮਤਲਬ ਮੈਨੂੰ ਜਦੋਂ ਫਿਲਮ ਅਸੀਂ ਸ਼ੂਟ ਕਰਨ ਦੇ ਐਂਡ ਤੱਕ, ਮੈਨੂੰ ਸੱਚੀ ਦੱਸਾਂ ਮੈਨੂੰ ਹਜੇ ਤੱਕ ਨਹੀਂ ਵਿਸ਼ਵਾਸ ਹੋ ਰਿਹਾ ਕਿ ਅਸੀਂ ਇੱਦਾਂ ਦੀ ਫਿਲਮ ਦਾ ਹਿੱਸਾ ਹਾਂ, ਬੀਬੀ ਰਜਨੀ ਜੀ ਦਾ ਕਿਰਦਾਰ ਨਿਭਾਉਣਾ. ਜਾਂ ਵੈਸੇ ਵੀ ਆਈ ਥਿੰਕ ਹਰ ਇੱਕ ਇਨਸਾਨ ਨੂੰ ਜੋ ਇਸ ਫਿਲਮ ਦਾ ਹਿੱਸਾ ਆ, ਉਹਨਾਂ ਨੂੰ ਮਤਲਬ ਇੱਕ ਪ੍ਰਾਊਡ ਮਹਿਸੂਸ ਹੋ ਰਿਹਾ ਆ. ਅਤੇ ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿਉਂਕਿ ਮੈਂ ਉਹਨਾਂ ਦਾ ਰੋਲ ਪਲੇ ਕੀਤਾ, ਬਟ ਮੈਨੂੰ ਯਾਦ ਆ ਹਰ ਇੱਕ ਇਨਸਾਨ ਆਈ ਥਿੰਕ ਪਿੱਛੇ ਬਿਹਾਈਂਡ ਦਾ ਸੀਨ, ਜਿਹੜੇ ਬਿਹਾਈਂਡ ਦਾ ਸੀਨ ਸ਼ੂਟ ਵੀ ਕਰ ਰਹੇ ਸੀਗੇ, ਸੈੱਟ 'ਤੇ ਵੀ ਸੀਗੇ, ਹਰ ਇੱਕ ਇਨਸਾਨ ਨੂੰ ਇੱਕ ਪ੍ਰਾਊਡ ਫੀਲ ਹੋ ਰਿਹਾ ਸੀ ਉਸ ਮੂਮੈਂਟ 'ਤੇ. ਅਤੇ ਸੋ ਆਈ ਥਿੰਕ ਅਸੀਂ ਸਾਰੇ ਹੀ ਬਹੁਤ ਵਧੀਆ ਫੀਲ ਕਰ ਰਹੇ ਹਾਂ ਜੀ, ਬਹੁਤ ਪ੍ਰਾਊਡ ਫੀਲ ਕਰ ਰਹੇ ਹਾਂ. ਜਸ ਬਾਜਵਾ, ਮੈਂ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਜਦੋਂ ਮੈਂ ਸੈੱਟ 'ਤੇ ਮਤਲਬ ਸ਼ੂਟ ਕਰ ਰਿਹਾ ਸੀ ਤਾਂ ਮੈਂ ਆਪਣੇ ਮਨ 'ਚ ਸੋਚਦਾ ਹੁੰਦਾ ਸੀਗਾ ਕਿ ਵਾਕਿਆ ਹੀ ਉਦੋਂ ਲੋਕ ਇੰਨੇ ਧਰਮੀ ਸੀਗੇ, ਇੰਨੇ ਸੋਚੇ ਸੀ, ਅਸੀਂ ਸੋਚ ਵੀ ਨਹੀਂ ਸਕਦੇ. ਮਤਲਬ ਪਰਮਾਤਮਾ ਜਿੱਡੀ ਪਦਵੀ ਕਹਿ ਸਕਦੇ ਹਾਂ, ਜਿਹੜਾ ਬੰਦਾ ਦਿਲ ਦਾ ਸਾਫ਼ ਹੋਵੇ ਅਤੇ ਸੱਚੀ ਨੀਯਤ ਨਾਲ ਕੁਛ ਕਰਨਾ ਚਾਹੁੰਦਾ ਹੋਵੇ. ਸੋ ਤੁਹਾਡੇ ਲਈ ਕੁਛ ਅਜਿਹੇ ਮੂਮੈਂਟਸ ਹੈਗੇ ਆ ਜਿਨ੍ਹਾਂ ਨੇ ਤੁਹਾਡੇ ਦਿਲ ਨੂੰ ਇੰਨਾ ਕੁ ਛੂਹਿਆ ਹੋਵੇ ਔਰ ਤੁਸੀਂ ਇਹ ਮਹਿਸੂਸ ਕੀਤਾ ਹੋਵੇ ਕਿ ਰੱਬ ਨੇ ਮੈਨੂੰ ਆਹ ਚੀਜ਼ ਦੇਣੀ ਸੀ? ਆਈ ਥਿੰਕ ਜਦੋਂ ਮੈਂ ਮਤਲਬ ਜਦੋਂ ਆਪਾਂ ਹੁਣ ਪਹਿਲਾਂ ਤੁਸੀਂ ਮੈਨੂੰ ਸਵਾਲ ਪੁੱਛਿਆ ਕਿ ਜਦੋਂ ਉਹਨਾਂ ਦਾ ਵਿਆਹ ਹੋ ਰਿਹਾ ਸੀਗਾ ਅਤੇ ਜਿਹੜਾ ਉਹ ਸੀਨ ਆ, ਉਦੋਂ ਮੈਨੂੰ ਸੇਮ ਜੋ ਜੱਜ ਸਰ ਕਹਿ ਰਹੇ ਆ ਕਿ ਉਹ ਸੱਚੀ ਤੁਹਾਡੇ ਦਿਮਾਗ ਦੇ ਵਿੱਚ ਇਹੀ ਚੱਲ ਰਿਹਾ ਹੁੰਦਾ ਕਿ ਉਦੋਂ ਸੱਚੀ ਇੰਨਾ ਵਿਸ਼ਵਾਸ ਕਿ ਤੁਸੀਂ ਮਤਲਬ ਬਿਨਾਂ ਪੁੱਛੇ, ਬਿਨਾਂ ਕੁਛ ਕਹੇ ਜਾਂ ਬਿਨਾਂ ਸਵਾਲ ਉਠਾਏ ਤੁਸੀਂ ਉਹਨਾਂ ਨੇ ਜਿੱਦਾਂ ਆਪਦੀ ਪਿਤਾ ਜੀ ਦੀ ਆਗਿਆ ਦਾ ਪਾਲਣ ਕੀਤਾ, ਉਹਨਾਂ ਨੇ ਹਾਂ ਕਰਤੀ ਅਤੇ ਉਹਨਾਂ ਨੇ ਮਤਲਬ ਉਹ ਤੋਂ ਬਾਅਦ ਇੱਕ ਵਾਰੀ ਵੀ ਜਦੋਂ ਫਿਲਮ ਦੇ ਵੀ ਨਹੀਂ, ਜਦੋਂ ਕਹਾਣੀ ਦੇ ਐਂਡ 'ਚ ਵੀ ਜਦੋਂ ਉਹ ਠੀਕ ਹੋ ਜਾਂਦੇ ਆ ਅਤੇ ਬੀਬੀ ਰਜਨੀ ਜੀ ਵਾਪਸ ਜਾਂਦੇ ਆਪਦੇ ਪਿਤਾ ਜੀ ਕੋਲ, ਅਤੇ ਉਹਨਾਂ ਨੂੰ ਮਤਲਬ ਨਾ ਉਹਨਾਂ ਨੇ ਕੋਈ ਆਪਦੇ ਦਿਲ 'ਚ ਗੱਲ ਰੱਖੀ, ਉਹਨਾਂ ਨੂੰ ਮਤਲਬ ਇੰਨਾ ਸਿਰਫ ਔਰ ਸਿਰਫ ਇਹ ਸੀਗਾ ਕਿ ਰੱਬ ਨੇ ਮੇਰੇ ਲਈ ਲਿਖਿਆ ਅਤੇ ਇਹਨੂੰ ਮੈਂ ਹਾਂ ਕਰਨੀ ਆ. ਸੋ ਉਸ ਮੈਨੂੰ ਲੱਗਦਾ ਉਹੀ ਮੇਰੇ ਦਿਮਾਗ 'ਚ ਸੇਮ ਚੱਲ ਰਿਹਾ ਸੀ ਜੋ ਜੱਸ ਜੀ ਦੇ ਚੱਲ ਰਿਹਾ ਸੀਗਾ, ਸਾਡੇ ਸਾਰਿਆਂ ਦੇ ਵੀ ਚੱਲ ਰਿਹਾ ਸੀ. ਯੋਗਰਾਜ ਜੀ ਅਸੀਂ ਸਾਰੇ ਡਿਸਕਸ ਵੀ ਕਰਦੇ ਹੁੰਦੇ ਸੀ ਜਦੋਂ ਬੈਠੇ ਹੁੰਦੇ ਸੀਗੇ ਕਿ ਮਤਲਬ ਕਹਾਣੀ ਬਾਰੇ ਕਿ ਮਤਲਬ
ਕਿੱਦਾਂ ਦਾ ਸਮਾਂ ਸੀ ਉਹ? ਬੀਬੀ ਰਜਨੀ ਦੀ ਕਹਾਣੀ ਦੇ ਵਿੱਚ ਵਿੱਦਿਆ ਹੈ ਕਿਉਂਕਿ ਉਹ ਪੜ੍ਹੇ ਲਿਖੇ ਸੀ, ਬਾਕੀ ਦੀਆਂ ਭੈਣਾਂ ਦੀ ਦਿਲਚਸਪੀ ਨਹੀਂ ਸੀ ਜੀ। ਬੀਬੀ ਰਜਨੀ ਦੀ ਉਹ ਇੱਕ ਸੱਚਾਈ ਹੈ ਅਤੇ ਉਹ ਪਿਤਾ ਦੇ ਲਈ ਰਿਸਪੈਕਟ ਹੈ। ਅੱਜ ਕੱਲ੍ਹ ਸ਼ਾਇਦ ਅਸੀਂ ਮਾਪਿਆਂ ਦੀ ਸਹੀ ਗੱਲ ਨਹੀਂ ਮੰਨਦੇ, ਲੇਕਿਨ ਬੀਬੀ ਰਜਨੀ ਨੇ ਆਪਣੇ ਪਿਤਾ ਦੀ ਉਸ ਗੱਲ ਨੂੰ ਰੱਬ ਦਾ ਭਾਣਾ ਮੰਨ ਕੇ ਕਬੂਲ ਕੀਤਾ। ਸੋ ਕੁਛ ਚੀਜ਼ਾਂ ਨੂੰ ਤੁਸੀਂ ਕੰਪੇਅਰ ਕਰਕੇ ਇਹ ਮਹਿਸੂਸ ਕਰਦੇ ਹੁੰਦੇ ਹੋ ਕਿ ਵਾਕਈ ਇਹ ਇਸ ਤਰ੍ਹਾਂ ਦੀਆਂ ਕੁਛ ਕੁ ਫੀਮੇਲਸ ਤਾਂ ਅਸੀਂ ਆਪਣੇ ਇਰਦ ਗਿਰਦ ਵੀ ਵੇਖਦੇ ਹੋਵਾਂਗੇ। ਜਾਂ ਮੈਂ ਤੁਹਾਨੂੰ ਇਹ ਕਹਾਂ ਕਿ ਐਜੂਕੇਸ਼ਨ ਨੇ ਤੁਹਾਡੀ ਜ਼ਿੰਦਗੀ ਨੂੰ ਕਿਵੇਂ ਬਦਲਿਆ? ਜੇ ਤਾਂ ਤੁਸੀਂ ਆਈ ਥਿੰਕ ਕਹਿੰਦੇ ਹੋ ਕਿ ਮਤਲਬ ਜਿੱਦਾਂ ਬੀਬੀ ਰਜਨੀ ਜੀ ਨੇ ਅੱਜ ਕੱਲ੍ਹ ਉਹਨਾਂ ਨੇ ਮਤਲਬ ਆਪਣੇ ਪੇਰੈਂਟਸ ਦੀ ਆਪਣੇ ਪਿਤਾ ਜੀ ਦੀ ਸਪੈਸ਼ਲੀ ਉਹਨਾਂ ਨੇ ਰਾਈਟ ਅਵੇ ਉਹਨਾਂ ਨੇ ਮੰਨੀ ਅਤੇ ਅੱਜ ਕੱਲ੍ਹ ਫਰਕ ਹੈਗਾ ਆ ਤਾਂ ਹਾਂਜੀ ਥੋੜ੍ਹਾ ਜਿਹਾ ਹੈਗਾ ਆ। ਅਫਕੋਰਸ ਉਹ ਤਾਂ ਵਿਦ ਐਜੂਕੇਸ਼ਨ ਵਿਦ ਟਾਈਮ ਨਵੀਂ ਜਨਰੇਸ਼ਨ ਨਿਊ ਚੀਜ਼ਾਂ ਸਿੱਖਦੀ ਆ ਅਤੇ ਬਟ ਆਈ ਥਿੰਕ ਜੋ ਮੈਂ ਆਪਣੇ ਆਲੇ ਦੁਆਲੇ ਦੇਖਿਆ ਆ ਜਾਂ ਜੋ ਮੈਂ ਜਿੱਦਾਂ ਲਾਈਕ ਮੈਂ ਆਪਣੇ ਪੇਰੈਂਟਸ ਨਾਲ ਆ ਆਈ ਡੋਂਟ ਥਿੰਕ ਇੰਨਾ ਫਰਕ ਹੋਊਗਾ ਕਿਉਂਕਿ ਅਫਕੋਰਸ ਉਹ ਟਾਈਮ ਹੋਰ ਸੀਗਾ ਬਟ ਐਜੂਕੇਸ਼ਨ ਜ਼ਰੂਰ ਤੁਹਾਨੂੰ ਇੱਕ ਨੌਲੇਜ ਜ਼ਰੂਰ ਸਿਖਾਉਂਦੀ ਆ ਤੁਹਾਨੂੰ ਜੋ ਤੁਸੀਂ ਮੇ ਬੀ ਆਪਣੇ ਪੇਰੈਂਟਸ ਤੋਂ ਜ਼ਿਆਦਾ ਤੁਸੀਂ ਐਕਸਪੀਰੀਅੰਸ ਕਰਦੇ ਹੋ ਨਵੀਆਂ ਚੀਜ਼ਾਂ ਬਟ ਆਈ ਡੋਂਟ ਥਿੰਕ ਉਹ ਰਿਸ਼ਤਿਆਂ ਦੇ ਵਿੱਚ ਇੰਨਾ ਫਰਕ ਲੈ ਕੇ ਆਉਂਦੀ ਆ ਜੀ। ਜਦੋਂ ਮਤਲਬ ਕੁਛ ਅਜਿਹੇ ਸੀਨਸ ਆਈ ਥਿੰਕ ਫਿਲਮ ਦਾ ਹਿੱਸਾ ਨੇ ਕਿ ਕੋੜੀ ਪਤੀ ਦੇ ਨਾਲ ਰਹਿਣਾ ਜਾਂ ਫਿਰ ਉਹਨੂੰ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਲੈ ਕੇ ਜਾਣਾ, ਤੁਹਾਡੇ ਲਈ ਉਹਨਾਂ ਚੀਜ਼ਾਂ ਨੂੰ ਕੈਰੀ ਕਰਨਾ ਕਿਵੇਂ ਦਾ ਸੀਗਾ? ਉਹ ਮਤਲਬ ਮੈਂ ਅਗੇਨ ਮੈਂ ਮੇਰੇ ਲਈ ਤਾਂ ਫਿਰ ਵੀ ਆਈ ਡੋਂਟ ਥਿੰਕ ਇੰਨਾ ਹਾਰਡ ਸੀਗਾ ਕਿਉਂਕਿ ਸਾਡੇ ਕੋਲ ਸਾਰੀਆਂ ਸਹੂਲਤਾਂ ਸੀਗੀਆਂ ਸੈੱਟ 'ਤੇ ਅਤੇ ਸੋ ਮੈਂ ਕਦੇ ਕਦੇ ਮਤਲਬ ਕਿਉਂਕਿ ਕੋਸਟਿਊਮਸ ਹੈਵੀ ਸੀ ਜਾਂ ਗਰਮੀ ਬਹੁਤ ਸੀ ਉਸ ਟਾਈਮ ਅਤੇ ਜਦੋਂ ਅਸੀਂ ਕੈਰੀ ਕਰਨਾ ਉਹਨਾਂ ਨੂੰ ਅਤੇ ਮੈਨੂੰ ਕਦੇ ਕਦੇ ਜਦੋਂ ਮੈਂ ਮਾੜਾ ਜਿਹਾ ਵੀ ਮੈਨੂੰ ਫੀਲ ਹੋਣਾ ਕਿ ਹਾਰਡ ਆਇਆ ਔਖਾ ਲੱਗ ਰਿਹਾ ਮੈਂ ਰਾਈਟ ਵੇ ਸੋਚਦੀ ਸੀ ਕਿ ਜੋ ਉਦੋਂ ਹੋਇਆ ਸੀਗਾ ਬੀਬੀ ਰਜਨੀ ਜੀ ਦੇ ਨਾਲ ਉਹਦੇ ਨਾਲ ਤਾਂ ਉਹਦੇ ਬਰਾਬਰ ਤਾਂ ਕੁਛ ਨਹੀਂ ਹੈਗਾ ਅਤੇ ਸੋ ਥੋੜ੍ਹਾ ਜਿਹਾ ਮੈਨੂੰ ਕਦੇ ਕਦੇ ਡਿਫੀਕਲਟ ਲੱਗਿਆ ਬਟ ਮੈਂ ਰਾਈਟ ਵੇ ਆਪਣੇ ਆਪ ਨੂੰ ਮੈਨੂੰ ਯਾਦ ਹੈ ਮੈਂ ਸਮਝਾਉਂਦੀ ਹੁੰਦੀ ਸੀ ਕਿ ਇਹ ਕੁਛ ਨਹੀਂ ਹੈਗਾ ਉਹਨਾਂ ਨੇ ਤਾਂ ਐਕਚੁਅਲ ਲਾਈਫ ਦੇ ਵਿੱਚ ਹੰਢਾਇਆ ਆ ਅਤੇ ਸਾਡੇ ਲਈ ਤਾਂ ਮਤਲਬ ਫਿਰ ਵੀ ਬਹੁਤ ਆਸਾਨ ਸੀਗਾ ਸੱਚੀ ਦੱਸਾਂ ਮੈਂ। ਰੂਪੀ ਗਿੱਲ ਲਈ ਵਿਸ਼ਵਾਸ, ਸ਼ਰਧਾ ਇਹਨਾਂ ਸ਼ਬਦਾਂ ਦੇ ਕੀ ਮਾਇਨੇ ਨੇ? ਆਈ ਥਿੰਕ ਸੱਚੀ ਦੱਸਾਂ ਸਿਰਫ ਮੇਰੇ ਲਈ ਨਹੀਂ ਆਈ ਥਿੰਕ ਸਾਰਿਆਂ ਲਈ ਸਾਰੇ ਇੱਕ ਫੇਥ 'ਤੇ ਤੁਰੇ ਫਿਰਦੇ ਆ ਕੋਈ ਵੀ ਰਿਲੀਜਨ ਹੋ ਸਕਦਾ ਕੋਈ ਵੀ ਚੀਜ਼ ਹੋ ਸਕਦੀ ਆ ਸੋ ਸਿਰਫ ਮੇਰੇ ਲਈ ਨਹੀਂ ਆਈ ਥਿੰਕ ਸਾਰੇ ਤੁਹਾਡੇ ਲਈ ਵੀ ਹੋਊਗਾ ਕਿ ਫੇਥ ਰੱਖਣਾ ਜਦੋਂ ਚੰਗਾ ਮਾੜਾ ਸਮਾਂ ਆਉਂਦਾ ਜਦੋਂ ਚੰਗਾ ਵੀ ਆਉਂਦਾ ਆਪਾਂ ਇੱਕ ਥੈਂਕ ਯੂ ਕਰਦੇ ਹਾਂ ਕਿਸੇ ਇੱਕ ਚੀਜ਼ ਨੂੰ ਜਿਹੜੀ ਆਪਣੇ ਤੋਂ ਬਹੁਤ ਵੱਡੀ ਆ ਅਤੇ ਸੋ ਮੇਰੇ ਲਈ ਵਿਸ਼ਵਾਸ ਮਤਲਬ ਉਹਦੇ ਸਿਰ 'ਤੇ ਸੱਚੀ ਦੱਸਾਂ ਤੁਰੇ ਫਿਰਦੇ ਹਾਂ। ਬਿਲਕੁਲ ਵਾਕਿਆ ਬਹੁਤ ਬਹੁਤ ਵੱਡੀ ਗੱਲ ਹੈ ਜੀ। ਫਿਲਮ ਦੀ ਜਿਹੜੀ ਸਕ੍ਰਿਪਟ ਹੈ ਜਦੋਂ ਤੁਹਾਡੇ ਤੱਕ ਪਹੁੰਚੀ ਸੀਗੀ, ਜਿਸਨਾਂ ਮੈਂ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੇ ਹੋ, ਇੱਕ ਵਾਰ ਇਹ ਖਿਆਲ ਆਇਆ ਸੀ ਕਿ ਮੈਂ ਇਹ ਨਿਭਾ ਸਕਦੀ ਹਾਂ? ਹਾਂਜੀ ਮੈਨੂੰ ਤਾਂ ਹਜੇ ਵੀ ਲੱਗ ਰਿਹਾ ਫੀਲ ਹੋ ਰਿਹਾ ਕਿ ਮਤਲਬ ਕੋਈ ਗਲਤੀ ਨਾ ਹੋ ਗਈ ਹੋਵੇ ਕਿਉਂਕਿ ਉਹ ਨੋਰਮਲ ਆ ਫੀਲ ਕਰਨਾ ਆਈ ਮੀਨ ਐਡਾ ਵੱਡਾ ਉਹਨਾਂ ਦਾ ਕਿਰਦਾਰ ਆ ਮਤਲਬ ਕੋਈ ਗਲਤੀ ਨਾ ਹੋ ਜਾਵੇ ਇਹ ਬਹੁਤ ਯੂ ਨਾ ਤੁਸੀਂ ਕਿਸੇ ਨੂੰ ਡਿਸਅਪੋਇੰਟ ਨਹੀਂ ਕਰਨਾ ਚਾਹੁੰਦੇ ਕੋਈ ਨਿਰਾਸ਼ ਨਾ ਹੋ ਜਾਵੇ ਅਤੇ ਮੈਨੂੰ ਤਾਂ ਹਜੇ ਤੱਕ ਲੱਗ ਰਿਹਾ ਮੇਰੇ ਮੰਮੀ ਡੈਡੀ ਨੂੰ ਲੱਗ ਰਿਹਾ ਸਾਡੀ ਸਾਰੀ ਫੈਮਿਲੀ ਲਈ ਇਹ ਬਹੁਤ ਵੱਡੀ ਗੱਲ ਹੈ ਜੀ ਸਿਰਫ ਮੇਰੇ ਲਈ ਨਹੀਂ ਕਿ ਅਸੀਂ ਇਹ ਫਿਲਮ ਕਰ ਰਹੇ ਹਾਂ ਸੋ ਉਹਨਾਂ ਨੇ ਵੀ ਹੁਣ ਜਦੋਂ ਮੈਂ ਆਈ ਹਾਂ ਉਹਨਾਂ ਨੇ ਮੈਨੂੰ ਇਹੀ ਕਹਿ ਕੇ ਤੋਰਿਆ ਕਿ ਮਤਲਬ ਆਪਣਾ ਬੈਸਟ ਕਰੀ ਅਤੇ ਮਤਲਬ ਮੇਕ ਸ਼ੋਰ ਕਰੀ ਕਿ ਕੋਈ ਗਲਤੀ ਨਾ ਹੋ ਜਾਵੇ ਕੁਛ ਇੱਦਾਂ ਦੇ ਮਤਲਬ ਸ਼ੂਟ ਦੇ ਦੌਰਾਨ ਉਹਨਾਂ ਨੂੰ ਫਿਲਮ ਦੇਖਣ ਨੂੰ ਵੀ ਬਹੁਤ ਡਰ ਲੱਗ ਰਿਹਾ ਵੀ ਸਹੀ ਹੋਇਆ ਹੋਵੇ ਸੋ ਯਾਰ ਡਰ ਤਾਂ ਲੱਗਦਾ ਡਰ ਤਾਂ ਉਦੋਂ ਵੀ ਲੱਗਿਆ ਸੀ ਡਰ ਤਾਂ ਹੁਣੇ ਵੀ ਲੱਗਦਾ।
ਮੈਂ ਪੁੱਛਣ ਨੂੰ ਤੁਹਾਡੇ ਤੋਂ ਬਹੁਤ ਸਾਰੇ ਸਵਾਲ ਪੁੱਛਣਾ ਚਾਹੁੰਦੀ ਹਾਂ, ਪਰ ਅੱਜ ਮੇਰੀ ਖੁਆਇਸ਼ ਇਹੀ ਸੀ ਕਿ ਆਪਾਂ ਸਿਰਫ ਬੀਬੀ ਰਜਨੀ ਦੇ ਬਾਰੇ ਹੀ ਗੱਲਬਾਤ ਕਰੀਏ, ਤਾਂ ਜਿੰਨਾ ਵੀ ਲੋਕਾਂ ਨਾਲ ਮੈਂ ਗੱਲਬਾਤ ਕੀਤੀ ਆ ਉਹ ਸਾਰੇ ਇਸ ਚੀਜ਼ ਲਈ ਖੁਸ਼ ਨੇ ਕਿ ਤੁਸੀਂ ਇਹ ਰੋਲ ਨਿਭਾ ਰਹੇ ਹੋ, ਕਿਉਂਕਿ ਉਹ ਤੁਹਾਡੀ ਸਾਦਗੀ ਕਿਰਦਾਰ ਨੂੰ ਇੱਦਾਂ ਹੀ ਪਸੰਦ ਕਰਦੇ ਆ, ਉਹਨਾਂ ਨੂੰ ਲੱਗਦਾ ਤੁਸੀਂ ਸਹੀ ਚੋਣ ਹੋ, ਅਤੇ ਬਾਕੀ ਇਹ ਫਿਲਮ ਦੀ ਇੱਕ ਵਾਈਬ ਵੀ ਇਹੋ ਜਿਹੀ ਹੈ, ਮੈਨੂੰ ਲੱਗਦਾ ਕਿ ਫਿਲਮ ਦੇਖਣ ਤੋਂ ਬਾਅਦ ਵੀ ਇਹ ਸਾਡੇ ਨਾਲ ਰਹੇਗੀ ਔਰ ਅਸੀਂ ਜ਼ਰੂਰ ਬੈਠ ਕੇ ਸੋਚਾਂਗੇ ਕਿ ਬੀਬੀ ਰਜਨੀ ਦਾ ਜੇ ਰੱਬ 'ਤੇ ਭਰੋਸਾ ਹੋ ਸਕਦਾ, ਉਹਦੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਗੁਰੂ ਰਾਮਦਾਸ ਪਾਤਸ਼ਾਹ ਹੱਲ ਕਰ ਸਕਦੇ ਆ, ਤਾਂ ਸਾਡੇ ਦੀਆਂ ਕਿਉਂ ਨਹੀਂ? ਜੀ ਜੀ 100%, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ, ਮੁਬਾਰਕਾਂ ਤੁਹਾਨੂੰ ਬਹੁਤ, ਥੈਂਕ ਯੂ ਜੀ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਰੂਪੀ ਗਿੱਲ, ਜਿਨ੍ਹਾਂ ਦੀ ਫਿਲਮ ਬੀਬੀ ਰਜਨੀ 30 ਅਗਸਤ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਏਗੀ। ਉਮੀਦ ਹੈ ਕਿ ਇਹ ਫਿਲਮ ਤੁਹਾਡੇ ਸਭ ਲਈ ਬੇਹੱਦ ਖਾਸ ਹੋਏਗੀ, ਕਿਉਂਕਿ ਬੀਬੀ ਰਜਨੀ ਦੀ ਕਹਾਣੀ ਸਾਨੂੰ ਸ਼ਾਇਦ ਪੈਰ ਪੈਰ 'ਤੇ ਅਜਿਹੀ ਪ੍ਰੇਰਨਾ ਜਾਂ ਇੰਸਪੀਰੇਸ਼ਨ ਦਿੰਦੀ ਹੈ ਜਿਸ ਦੀ ਸਾਨੂੰ ਸਭ ਨੂੰ ਜ਼ਰੂਰਤ ਹੈ।